लिखे विच लालो जी जन्म तुम्हारे लेके लिखे विच लालो जी जन्म तुम्हारे लेके Yeah.
अपने ख्यालों बाहरों रोकने की खेचल करो। पूरा ध्यान शब्द और विचार वल दो। पिछला प्रसंग अपना चल रहा है, इस जीव नु जो कि लामहदूद और आज़ाद सुनहरी मंडलों का आज़ाद सुनहरी पंछी है, इस हडमास के पिंजरे विच किमें कैद किया गया, जिस कारण बहुत दुखी है। ये सारे ही जानते हैं कैद हर एक नूं दुखदाई हुंदी है। यही नहीं, इस मानतन तो पहले अनेक निषिद्ध बहुत दुखदाई पिंजरे विच ने 84 लाख जिया जोन विच ये फिरदा चला आया। होरना जोनिया नालों इस मानव तन विच ये वाधा है, ये विशेषताई है। इस विच प्रभु मिलन दा
छुटकारे दा, मुक्त होने दा, तमाम दुखों तो बरी होने दा उपाय कर सकता है। उन्हां जोनियां विच ये अधिकार नहीं है। इस वास्ते मानुख दे दी कदर देवता भी करते हैं, वो भी इस मानुख दे दी इच्छा कर रहे हैं और मानुख दे वास्ते तड़प रहे हैं। सानू ये मानुख दे प्राप्त है, पर इसकी सफलता और इसका 84 दे गेड़े तो छुटकारा, तमाम दुखों तो बरी होना तद ही हो सकता है, क्योंकि हर दुनिया की चीज़ नियमबद्ध है। किसी असूलों के मुताबिक हर काम हो रहा है, ये भी नियमबद्ध है। गुरु शरण विच आ के वाहिगुरु की भक्ति करके, सेवा करके, मन की शुद्धि और एकाग्रता द्वारा जब ब्रह्म ज्ञान की प्राप्ति होती है, ये जीवंदा ही मुक्त हो जाता है, यानी जीवंदा ही तमाम दुखों तो बरी होता है। जिस वक्त औध पूरी होती है, यानी वेशा विद्या खत्म होती है, उस मौके तमाम दुखों तो छुटकारा पा जाता, सदा वास्ते ही उस आनंद के सागर विच रहिंदा, जिथों फिर अलहदा नहीं होना हुंदा। सो आओ, इस वास्ते बाबा अमरदास जी जिसनू ये तड़प लगी होवे, ये लगन लगी होवे, वही जानता है। भावें किसी नू किसी उम्र विच लगती है, किसी नू किसी आयु विच लगती है, किसी नू किसी कारण ते लगती है, किसी नू किसी सबब ते लगती है। इको सबब इको आयु सब दी नहीं होया करती। इस करके बाबा अमरदास जी ने 70 साल की उम्र विच ये लगन लगी। नाम जपिए तंदूर हुंदे करड़े, सेवा करके Thank you.
ਅਸਤੀ ਸਿਰਜੂ ਅੰਕ ਸਹਿ ਐਰਣ ਜੂ ਸਿਰਦੇ ਮਨ ਤਨੇ ਆਗੇ ਰਾਖੈ ਉੱਭੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸਿਸ਼ਟ ਕਰ ਲੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗੇ ਬੈਸਣ ਪਾਈਐ ਜਾਂ ਨਾਨਕ ਬਾਂਹ ਲੁਡਾਈਐ ਹਰ ਆ ਕੇ ਖਿਦਮਤ ਕਰ ਖੁਦ ਮਖਦੂਮ ਸ਼ੁਦ ਨੂੰ ਸੇਵਾ ਇਸ ਨੂੰ ਉੱਚ ਮੁਰਾਤਮਿਆਂ 'ਚ ਲਿਜਾਂਦੀ ਹੈ ਸੇਵਾ ਅਤੇ ਭਜਨ ਸ਼ੁੱਧੀ ਔਰ ਇਕਾਗਰਤਾ ਦੇ ਸਾਧਨ ਹਨ ਸ਼ੁੱਧੀ ਔਰ ਇਕਾਗਰਤਾ ਜਦੋਂ ਮਨ ਦੀ ਹੋ ਜਾਂਦੀ ਹੈ ਉਸਨੂੰ ਬ੍ਰਹਮ ਗਿਆਨ ਦਾ ਰੰਗ ਚੜ੍ਹਨ ਦੇ ਵਾਸਤੇ ਕੋਈ ਦੇਰ ਨਹੀਂ ਲੱਗਦੀ ਕੱਪੜੇ ਵਿੱਚੋਂ ਮੈਲ ਨਿਕਲ ਜਾਏ ਧੰਦਿਆਈ ਨਿਕਲ ਜਾਏ ਉਸਨੂੰ ਰੰਗ ਚੜ੍ਹਨ ਨੂੰ ਕੋਈ ਦੇਰ ਨਹੀਂ ਲੱਗਿਆ ਕਰਦੀ ਇਸੇ ਤਰ੍ਹਾਂ ਮਨ ਰੂਪੀ ਬਸਤਰ ਹੈ ਇਹਦਾ ਮਨ ਜਦੋਂ ਬੁਰੇ ਪ੍ਰਾਗੰਦਾ ਖਿਆਲਾਂ ਨੂੰ ਛੋੜ ਦੇ ਸ਼ੁੱਧ ਹੋ ਗਿਆ ਔਰ ਜਦੋਂ ਇਕਾਗਰ ਹੋ ਜਾਂਦਾ ਭਜਨ ਦੇ ਵਿੱਚ ਇਹ ਸਥਿਤੀ ਹੋਈ ਸ਼ੁੱਧੀ ਔਰ ਇਕਾਗਰਤਾ ਵਿੱਚ ਪਰਮਾਤਮਾ ਤਾਂ ਕਿਤੇ ਗਿਆ ਨਹੀਂ ਨਾ ਕਿਤੋਂ ਆਉਣਾ ਹੈ ਉਸਦਾ ਸਿਰਫ ਜਿਵੇਂ ਸਾਫ਼ ਸਿੱਧੇ ਔਰ ਟਿੱਕੇ ਸ਼ੀਸ਼ੇ ਵਿੱਚ ਚਿਹਰਾ ਦਿਸ ਪੈਂਦਾ ਹੈ ਐਸੀ ਅਵਸਥਾ ਹੈ ਸੋਈਓਂ ਆਓ ਇਸ ਵਾਸਤੇ ਹੀ ਸਾਰੇ ਉਪਾਅ ਕਰਦੇ ਚਲੇ ਆਏ ਹਨ ਬਾਬਾ ਫਰੀਦ ਬਚਪਨ ਤੋਂ ਉਸਦੀ ਮਾਤਾ ਨੇ ਉਸਨੂੰ ਲਗਨ ਲਗਾਈ ਉਹ ਮਾਤਾਵਾਂ ਧੰਨਤਾ ਯੋਗ ਹਨ ਜੋ ਆਪਣੇ ਬੱਚਿਆਂ ਨੂੰ ਵਾਹਿਗੁਰੂ ਦੀ ਭਗਤੀ ਦੀ ਸਿੱਖਿਆ ਦਿੰਦੀਆਂ ਹਨ ਜਿਨ੍ਹਾਂ ਦੀ ਕਿਰਪਾ ਕਰਕੇ ਬਹੁਤ ਸਾਰੇ ਮਹਾਂਪੁਰਖ ਦੁਨੀਆ ਵਿੱਚ ਉੱਚ ਕੋਟੀ ਦੀ ਅਵਸਥਾ ਵਾਲੇ ਹੋਏ ਹਨ ਇਉਂ ਗੁਰਬਾਣੀ ਦੱਸਦੀ ਹੈ ਧੰਨ ਧੰਨ ਨੇ ਜਿਣੇਂਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪ ਧੰਨ ਧੰਨ ਨੇ Thank you.
ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਉਬਰਸੇ ਕਾਂਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ ਉਹ ਮਾਤਾਵਾਂ ਧਨਤਾ ਯੋਗ ਹਨ ਜਿਨ੍ਹਾਂ ਦੇ ਬੱਚੇ ਵਹਿਰ ਦੀ ਭਗਤੀ ਕਰਦੇ ਹਨ ਅਤੇ ਉਹਨਾਂ ਨੂੰ ਉਹਨਾਂ ਵੱਲੋਂ ਇਸ ਮਾਰਗ ਦੀ ਸਿੱਖਿਆ ਮਿਲੀ। ਫਰੀਦ ਅਜੇ ਬੱਚਾ ਹੈ, ਬੱਚਿਆਂ ਦੇ ਮਨ ਬਿਲਕੁਲ ਸਾਫ ਹੁੰਦੇ ਨੇ। ਬਾਅਦ ਵਿੱਚ ਜਿਹੀ ਜਿਹੀ ਸੁਸਾਇਟੀ ਮਿਲਦੀ ਰਹਿੰਦੀ ਹੈ, ਜਿਹੀ ਜਿਹੀ ਸੰਗਤ ਮਿਲਦੀ ਰਹਿੰਦੀ ਹੈ, ਜੈਸਾ ਲਿਟਰੇਚਰ ਮਿਲਦਾ ਰਹਿੰਦਾ ਹੈ, ਵੈਸੇ ਹੀ ਖਿਆਲ ਜਿਹੜੇ ਹਨ ਮੋਲਡ ਹੁੰਦੇ ਰਹਿੰਦੇ ਹਨ। ਪਰ ਪਹਿਲਾਂ ਬਿਲਕੁਲ ਸਭ ਦੇ ਮਨ ਸ਼ੁੱਧ ਹੁੰਦੇ ਹਨ। ਪਹਿਲਾਂ ਜੋ ਸਿੱਖਿਆ ਮਿਲ ਜਾਏ ਉਹ ਬਹੁਤ ਜਲਦੀ ਫਲੀਭੂਤ ਹੋਇਆ ਕਰਦੀ ਹੈ। ਸਾਫ਼ ਕੱਪੜੇ ਨੂੰ ਰੰਗ ਬੜੀ ਜਲਦੀ ਚੜ੍ਹਦਾ ਹੈ, ਅਗਰ ਮੈਲਾ ਹੋਵੇ ਉਸਦੀ ਪਹਿਲੇ ਮੈਲ ਕੱਢਣੀ ਪੈਂਦੀ, ਫਿਰ ਜਾ ਕੇ ਰੰਗ ਚੜ੍ਹਿਆ ਕਰਦਾ ਹੈ। ਇਉਂ ਫਰੀਦ ਦੀ ਮਾਤਾ ਆਪ ਬੰਦਗੀ ਕਰਨ ਵਾਲੀ ਸੀ, ਇੱਕ ਦਿਨ ਕਹਿਣ ਲੱਗੀ, ਬੇਟਾ ਫਰੀਦ ਆ ਲੈ ਤਸਬੀ, ਅਸੀਂ ਮਾਲਾ ਕਹਿੰਦੇ ਹਾਂ, ਇਸਲਾਮ ਵਿੱਚ ਉਸਨੂੰ ਤਸਬੀ ਕਹਿੰਦੇ ਹਨ, ਆ ਲੈ ਤਸਬੀ ਅਤੇ ਮਸੱਲਾ ਵਿਛਾ, ਮਸੱਲਾ ਆਸਣ ਨੂੰ ਕਹਿੰਦੇ ਨੇ, ਜਿਸ ਆਸਣ 'ਤੇ ਬੈਠ ਕੇ, ਜਿਸ ਕੱਪੜੇ 'ਤੇ ਬੈਠ ਕੇ ਭਜਨ ਕਰੀਦਾ ਉਸਦਾ ਨਾਮ ਆਸਣ ਹੈ, ਉਹ ਮਸੱਲਾ ਕਹਿੰਦੇ ਨੇ, ਉਸਨੂੰ ਅਸੀਂ ਆਸਣ ਕਹਿੰਦੇ ਹਾਂ। ਲੈ ਇਹ ਮਸੱਲੇ 'ਤੇ ਬੈਠ ਕੇ ਰੱਬ ਦੇ ਨਾਂ ਦੀ ਮਾਲਾ ਫੇਰ। ਬੱਚਾ ਸੀ, ਨਿਆਣਾ ਸੀ, ਪੁੱਛਣਗਾ ਮਾਤਾ ਜੇਕਰ ਮੈਂ ਰੱਬ ਦੇ ਨਾਂ ਦੀ ਮਾਲਾ ਫੇਰੂੰ ਤਾਂ ਰੱਬ ਮੈਨੂੰ ਕੀ ਦੇਵੇਗਾ। ਬੱਚਿਆਂ ਨੂੰ ਅਕਸਰ ਮਿੱਠਾ ਪਿਆਰਾ ਹੁੰਦਾ ਹੈ, ਕਹਿਣ ਲੱਗੀ ਬੇਟਾ ਰੱਬ ਤੈਨੂੰ ਗੁੜ ਦੇਵੇਗਾ। ਉਸ ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ, ਮਾਲਾ ਉਸਦੇ ਹੱਥ ਫੜਾਈ, ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ ਹੀ ਹੈ। ਜਦੋਂ ਹਰ ਮਣਕੇ ਨਾਲ ਰੱਬ ਦਾ ਨਾਂ ਲੈਣਾ, ਮਾਲਾ ਫੇਰ ਕੇ ਹਟਿਆ, ਕਹਿਣ ਲੱਗੀ ਆਸਣ ਉਠਾ,
ਜਦੋਂ ਅਸ ਨੂੰ ਉਠਾਇਆ ਤਾਂ ਇੱਥੋਂ ਗੁਰ ਦੀ ਰੋੜੀ ਲੱਭੀ, ਦੇਖ ਤੈਨੂੰ ਰੱਬ ਨੇ ਗੁਰ ਭੇਜਿਆ। ਇਉਂ ਰੋਜ਼ ਕਰਦੀ ਰਹੀ, ਹੇਠਾਂ ਗੁੜ ਦੀ ਰੋੜੀ ਰੱਖ ਦੇਣੀ, ਆਸਣ ਵਿਛਾ ਦੇਣਾ, ਮਾਲਾ ਉਸਨੂੰ ਫੜਾ ਦੇਣੀ, ਉਸਨੇ ਰੋਜ਼ ਇਉਂ ਮਾਲਾ ਫੇਰਨੀ। ਜਿਹੜਾ ਕੰਮ ਰੋਜ਼ ਕਰਦੇ ਰਹੀਏ ਉਹ ਸੁਭਾਅ ਬਣ ਜਾਂਦਾ ਹੈ, ਉਹ ਆਦਤ ਬਣ ਜਾਂਦੀ ਹੈ। ਆ ਜਿਹੜੀਆਂ ਬੁਰੀਆਂ ਆਦਤਾਂ ਲੋਕਾਂ ਵਿੱਚ ਪਈਆਂ ਹਨ, ਕਿਸੇ ਨੂੰ ਸ਼ਰਾਬ ਪੀਣ ਦੀ ਆਦਤ ਹੈ, ਕਿਸੇ ਨੂੰ ਕੁਛ, ਇਹ ਵੀ ਤਾਂ ਪਈਆਂ ਹੀ ਹਨ, ਜੰਮਦਿਆਂ ਵਿੱਚ ਥੋੜ੍ਹੋ ਸਨ। ਜਿਹੀ ਜਿਹੀ ਸੁਸਾਇਟੀ ਵਿੱਚ ਵਿਚਰਦਾ ਰਿਹਾ ਜੀ ਆਦਤ ਬਣ ਗਈ, ਉਹ ਆਦਤ ਇਹੀ ਜਿਹੀ ਪੱਕ ਜਾਂਦੀ ਹੈ, ਫਿਰ ਹਟਣ 'ਚ ਨਹੀਂ ਆਉਂਦੀ ਹੈ। ਬੜੀ ਬੁਰੀ ਆਦਤ ਬੜੀ ਮੁਸ਼ਕਿਲ ਹਟਦੀ ਹੈ। ਇਸੇ ਤਰ੍ਹਾਂ ਹੀ ਚੰਗੀ ਆਦਤ, ਜਿਹਨਾਂ ਨਾਮ ਜਪਣ ਦੀ, ਸਤਸੰਗ ਕਰਨ ਦੀ, ਸੇਵਾ ਕਰਨ ਦੀ, ਦਾਨ ਇਸ਼ਨਾਨ ਕਰਨ ਦੀ ਆਦਤ ਬਣ ਗਈ, ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਹੈ। ਜਿਹਨਾਂ ਬੁਰੀ ਸੁਸਾਇਟੀ ਦੁਆਰਾ ਬੁਰੀਆਂ ਆਦਤਾਂ ਪੈਦਾ ਕਰ ਲਈਆਂ, ਉਹ ਆਪਣਾ ਜਨਮ ਵਿਗਾੜ ਲੈਂਦੇ ਹਨ, ਲੋਕ ਪ੍ਰਲੋਕ ਦੋਨਾਂ ਨੂੰ ਬਰਬਾਦ ਕਰ ਲੈਂਦੇ ਹਨ। ਇਉਂ ਫਰੀਦ ਰੋਜ਼ਾਨਾ ਹੀ ਮਾਤਾ ਦੇ ਕਿਹਾ ਮਾਲਾ ਫੇਰਦਾ ਰਿਹਾ। ਇਉਂ ਕਾਫੀ ਸਮਾਂ ਗੁਜ਼ਰ ਗਿਆ, ਇੱਕ ਦਿਨ ਦਾ ਜ਼ਿਕਰ, ਮਾਤਾ ਨੇ ਕਿਤੇ ਇੱਧਰ ਉੱਧਰ ਗੁਆਂਢੀਆਂ ਦੇ ਕਿਸੇ ਕੰਮ ਜਾਣਾ ਸੀ, ਉਹ ਚਲੀ ਗਈ। ਲੇਕਿਨ ਉੱਧਰ ਫਰੀਦ ਦਾ ਵਕਤ ਹੋ ਗਿਆ ਮਾਲਾ ਫੇਰਨ ਦਾ, ਉਸਨੇ ਆਪਣੇ ਆਪ ਹੀ ਆਸਣ ਵਿਛਾਇਆ, ਮਾਲਾ ਜੋ ਕਿ ਕਿਲੇ ਟੰਗੀ ਸੀ ਉਸਨੂੰ ਉਠਾਇਆ, ਉਠਾ ਕੇ ਉਹਦੇ ਉੱਪਰ ਬੈਠ ਕੇ ਮਾਲਾ ਫੇਰਨ ਲੱਗਿਆ। ਜਿਸ ਵਕਤ ਆਸਣ ਚੱਕਿਆ, ਅੱਗੇ ਤਾਂ ਇੱਕ ਰੋੜੀ ਮਿਲਦੀ, ਇਤਨੀਆਂ ਰੋੜੀਆਂ 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 ਆਸਣ ਦੇ ਹੇਠਾਂ, ਬੜਾ ਖੁਸ਼ ਹੋਇਆ ਵੀ ਰੱਬ ਮੇਰੇ 'ਤੇ ਬੜਾ ਦਿਆਲ ਹੈ। ਮਾਤਾ ਨੂੰ ਚਿੰਤਾ ਹੈ, ਫਿਕਰ ਹੈ ਵੀ ਅੱਜ ਜੇਕਰ ਫਰੀਦ ਮਾਲਾ ਫਿਰਨ ਲੱਗ ਗਿਆ ਤਾਂ ਉਸਨੂੰ ਗੁੜ ਦੀ ਰੋੜੀ ਨਹੀਂ ਲੱਭਣੀ, ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ, ਇਹ ਚਿੰਤਾ ਕਰਦੀ ਹੈ। ਪਰ ਜਿਸ ਵਕਤ ਘਰ ਆਈ, ਪੁੱਛਣ ਲੱਗੀ, ਬੇਟਾ ਮਾਲਾ ਫੇਰੀ? ਕਹਿਣ ਲੱਗਾ ਹਾਂ ਮਾਤਾ। ਫਿਰ ਰੱਬ ਨੇ ਗੁੜ ਦਿੱਤਾ? ਕਹਿਣ ਲੱਗਾ ਅੱਗੇ ਤਾਂ ਇੱਕ ਰੋੜੀ ਮਿਲਦੀ ਸੀ, ਅੱਜ ਤਾਂ ਰੋੜੀਆਂ ਰੋੜੀਆਂ ਸਾਰੇ ਆਸਣ ਹੇਠਾਂ। ਸਮਝਿਆ, ਇਸ ਦਾ ਸ਼ਬਦ ਸਿੱਧ ਹੋ ਗਿਆ, ਜਿਸ ਨਾਮ ਦਾ ਅਭਿਆਸ ਕਰਦੇ ਰਹੀਏ ਰੋਜ਼, ਜਿਸ ਸ਼ਬਦ ਦਾ ਰੋਜ਼ ਅਭਿਆਸ ਕਰਦੇ ਰਹੀਏ, ਪਾਠ ਕਰਦੇ ਰਹੀਏ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੁੰਦੀ ਹੈ, ਉਹਨੂੰ ਸਿੱਧ ਕਹਿੰਦੇ ਹੋਏ ਸਿੱਧ ਹੋ ਗਿਆ ਸ਼ਬਦ। ਇਉਂ ਕਰਕੇ ਪ੍ਰਾਚੀਨ ਮਹਾਂਪੁਰਖਾਂ ਦੇ ਵਿੱਚ ਜੋ ਸੁਣ 'ਚ ਆਈਆਂ ਇਸੇ ਗੱਲ ਦੀਆਂ ਸ਼ਕਤੀਆਂ ਸਨ। ਇਉਂ ਕਰਕੇ ਇੱਕ ਦਿਨ ਫਰੀਦ ਦੀ ਮਾਤਾ ਨੇ ਪਰਖਣ ਵਾਸਤੇ ਕਿਹਾ, ਬੇਟਾ ਮਾਲਾ ਫੇਰ ਕੇ ਅੱਜ ਅਰਦਾਸ ਕਰ ਰੱਬ ਦੇ ਅੱਗੇ, ਸਾਡਾ ਰਾਸ਼ਨ ਮੁੱਕਿਆ ਹੈ, ਸਾਨੂੰ 2-4 ਦਿਨ ਦਾ ਰਾਸ਼ਨ ਮਿਲ ਜਾਣਾ ਚਾਹੀਦਾ। ਉਹ ਕਹਿਣਗੇ ਸਤਿਵਚਨ ਮਾਤਾ ਜੀ, ਮੈਂ ਸਹੀ ਕਰਦਾ। ਮਾਲਾ ਲੈ ਕੇ ਫਿਰਨ ਲੱਗੇ, ਜਦੋਂ ਮਾਲਾ ਫੇਰ ਕੇ ਹਟਿਆ ਤਾਂ ਅਰਦਾਸ ਕੀਤੀ, ਬੇਨਤੀ ਕੀਤੀ ਵੀ ਸਾਨੂੰ 2-4 ਦਿਨ ਦਾ ਰਾਸ਼ਨ ਮਿਲਣਾ ਚਾਹੀਦਾ ਹੈ। ਐਸੀ ਖੇਡ ਵਰਤੀ ਪਰਮਾਤਮਾ ਦੀ, ਰਾਸ਼ਨ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣਗੇ, ਬੇਟਾ ਮੈਂ ਤਾਂ ਕਿਹਾ ਸੀ 2-4 ਦਿਨ ਦਾ ਚਾਹੀਦਾ ਹੈ। ਕਹਿਣਗੇ, ਮਾਤਾ ਮੈਂ ਤਾਂ ਐਵੇਂ ਅਰਦਾਸ ਕੀਤੀ ਸੀ, ਇਹੀ ਬੇਨਤੀ ਕੀਤੀ ਸੀ, ਪਰ ਜਿੱਡਾ ਵੱਡਾ ਰੱਬ, ਓਡੇ ਓਡੇ ਉਹਦੇ ਰਾਸ਼ਨ ਹਨ, ਉਹਨੇ ਆਪਣੇ ਹਿਸਾਬ 'ਤੇ ਭੇਜਿਆ, ਸਾਡੇ ਹਿਸਾਬ 'ਤੇ ਨਹੀਂ ਭੇਜਿਆ ਹੈ। ਜੇ ਓਡੇ ਆਪ ਤਾਂ ਵੱਡ ਤੇਰੀ ਦਾਲ। ਇਉਂ ਕਰਕੇ ਫਰੀਦ ਰੋਜ਼ ਮਲਾ ਫੇਰਦਾ ਚਲਾ ਗਿਆ। ਜਦ ਕੁਛ ਵੱਡਾ ਹੋ ਗਿਆ, ਮਾਤਾ ਨੇ ਕਿਹਾ, ਬੇਟਾ ਤਪ ਕਰ ਜਾ ਕੇ, ਇਹ 12ਵੀਂ 13ਵੀਂ ਸਦੀ ਦੀ ਗੱਲ ਹੈ, ਤਪ ਕਰ ਜਾ ਕੇ। ਉਹ ਕਹਿਣਗੇ ਸਤਿਵਚਨ। ਕਹਿਣ ਲੱਗਾ, ਮੈਂ ਰੂਹੀਆਂ ਜੰਗਲਾਂ ਵਿੱਚ ਜਾਣਾ ਹੈ ਮਾਤਾ, ਮੈਨੂੰ ਕੁਛ ਸਿੱਖਿਆ ਦੇ। ਕਹਿਣ ਲੱਗੇ, ਸਿੱਖਿਆ ਤੇਰੇ ਵਾਸਤੇ ਇਹੀ ਹੈ, ਇੱਕ ਤਾਂ ਤੂੰ ਕਿਲੇ ਵਿੱਚ ਰਹਿਣਾ, ਦੂਜਾ ਤੂੰ ਕੜਾ ਪ੍ਰਸ਼ਾਦ ਛਕਿਆ ਕਰੀਂ, ਤੀਜੀ ਗੱਲ ਹੈ ਤੂੰ ਮਖਮਲੀ ਉਦੈਲਿਆਂ 'ਤੇ ਸਮਿਆ ਕਰੀਂ। ਇਹ ਸੁਣ ਕੇ ਫਰੀਦ ਕਹਿਣਾ, ਮਾਤਾ ਜਾਨਾ ਮੈਂ ਰੋਈਆਂ 'ਚ, ਦੱਸ ਕੀ ਰਹੀ ਹੈ ਤੂੰ, ਕਿਲੇ ਉੱਥੇ ਕਿੱਥੇ ਆਉਣਗੇ, ਉੱਥੇ ਕੜਾ ਪ੍ਰਸ਼ਾਦ ਕਿੱਥੇ ਮਿਲਣਾ, ਅਤੇ ਬਾਕੀ ਮਖਮਲੀ ਉਦੈਲੇ ਰੋੜੇ ਰੁੜਾਂ ਦੇ ਬਿਸਤਰੀਆਂ 'ਤੇ ਪੈਣਾ ਪਏਗਾ। ਕਹਿਣ ਲੱਗੀ, ਤੂੰ
समझिया नहीं फकीरां दीआं रमज़ां हुंदियां हन। किला तां सतसंग है, जिवें किले दे वी दुश्मन दा बल नहीं पिया करदा, इसी तरह सत्संग रूपी किला है। इस दे विच जिहड़े भगती तों गुराउण वाले कई गल्लां इहदे दुश्मन उहनां दा बल नहीं पैंदा, इस करके सत्संग विच रहना। दूसरी गल कड़ा प्रशाद की छकना, जदों भुख लग्या करेगी जो कुछ भी छकया करेंगा तेनों कड़ा प्रशाद तो ज़्यादा चंगा लग्या करेगा। जिहड़ा आदमी रज्जिया उहनूं चंगे चंगे पदार्थ भी चंगे नहीं लग्या करते, जिहड़ा भुखा उहनूं कुछ भी मिल जाए वह भी बहुत अच्छा लगता है। जदों तेनों अत्यंत भुख लगे उदों कुछ छकया करे। तीजी गल मखमली गुदाले दा सामना की है, ओह जदों अत्यंत नींद आवे किते सौ जा, जदों सौ गया आदमी भावें मफली गुदैले हैं भावें रोड हैं पता ही कुछ नहीं है। यूँ करके जो अत्यंत नींद आवे फिर समया करी एवी नहीं। संयों करके तीन गल्लां दसियां फरीद तप करन वास्ते जंगल विच आ गया, माता दी शिक्षा नूं पा के बड़ा तप करदा रहा, पत्ते आदि सूत के खाँदा रहा, और खाण वास्ते उत्थे की सी उस अवस्था दे विच शरीर सुक के कंडे वत्ते काला श्या हो गया गर्मी सर्दी चलण करके। तपस्या तो वेले साधन काल वेले सतपुरशां दे शरीर ऐसे ही हो जाते हैं। संयोग करके एक दिन का जिक्र, फरीद इसी जंगल विच खड़ा तप कर रहा है, सारी शरीर खड़ के तप करन दा भजन करन दा नियम रख्या सी। उत्थे एक लोहार जिसके सिर ते पानी दा घड़ा है, कंधे उपर कुहाड़ा है, कोई सुकी लकड़ ढूंढदा फिरदा है ताकि उसके कोयले बनावा, यूँ फिरदा फिरदा उत्थे पहुँच के जिथे फरीद खड़ा तप करदा सी। उस दिन सोचा शायद ये सुकी लकड़ होनी है, सुक्का मुचर होना, जरा देख लवा सुकी ते गिली लकड़ की आवाज़ दस दिन दी हुंदी है। कुहाड़े का पिछला पासा जिसनों पीन कहते हैं वो मार के देखिया, उस मौके फरीद ने यह लफ्ज़ उस प्रथाए कहा, कहन लगा तू इस शरीर के कोयले बनाना चाहना है, मैं तो इस रब की प्राप्ति करनी करना चाहना हाँ। पिते किते मार ना गवावी मेरे वीर ना किते मार ना गवावी मेरे वीर ना अंदर फरीदा कंध कुहाड़ा सिर खड़ा वणके सर लोहार, हाँ लोड़ी शौ अपना तू लोड़े अंगियार। यूँ उसनू कहा, यह जी दिशा विच बारह साल तपस्या की, बारह साल तो बाद सोचता है चलो माता नू मिलेगी,
ਨਾਲੇ ਦੱਸਿਆ ਹੀ ਹੈ ਕਿਵੇਂ ਤਪ ਕੀਤਾ। ਘਰ ਆਇਆ, ਆ ਕੇ ਮਾਤਾ ਦੇ ਚਰਨਾਂ 'ਤੇ ਮੱਥਾ ਟੇਕਿਆ, ਪੁੱਛਣਗੀ ਬੇਟਾ ਕਿਵੇਂ ਤਪ ਕਰਦਾ ਰਿਹਾ ਹੈ। ਕਹਿਣਗੇ ਮਾਤਾ ਜਿੰਨਾ ਮੈਥੋਂ ਹੋ ਸਕਿਆ ਮੈਂ ਆਪਣੇ ਸਰੀਰ 'ਤੇ ਗਰਮੀ ਸਰਦੀ 'ਤੇ ਦਿਸ਼ਾ ਚੱਲੀ, ਫਿਰ ਖਾਂਦਾ ਕੀ ਹੁੰਦਾ ਸੀ। ਕਹਿਣਗੇ ਖਾਣ ਨੂੰ ਉੱਥੇ ਰੂਹੀਆਂ 'ਚ ਕੀ ਸੀ, ਦਰਖਤਾਂ ਦੇ ਪੱਤੇ ਸੁੱਤ ਕੇ ਖਾ ਲੈਂਦਾ ਸੀ ਜਦੋਂ ਭੁੱਖ ਲੱਗਦੀ ਸੀ। ਆ ਤੇਰਾ ਕੇ ਸੀ ਇਸ਼ਨਾਨ ਕਰਵਾ ਦਿਆਂ। ਸ਼ਾਸਨ ਪਹਿਲੇ ਸਮੇਂ ਦੇ ਜਿਤਨੇ ਵੀ ਰਿਸ਼ੀ ਮੁਨੀ ਸੰਤ ਭਗਤ ਪੀਰ ਪੈਗੰਬਰ ਔਲੀ ਹੋਏ ਨੇ ਸਭ ਜਟਾ ਜੂਟ ਹੋਏ ਹਨ। ਹਜ਼ਰਤ ਈਸਾ ਦੇ ਕੇਸ਼ ਦਾੜਾ ਦੇਖੋ, ਰਾਮ ਕਿਸ਼ਨ ਦੇ ਦੇਖੋ, ਇਸ ਤੋਂ ਇਲਾਵਾ ਮੁਹੰਮਦ ਸਾਹਿਬ ਦੇ ਦੇਖੋ, ਸਾਡੇ ਗੁਰੂਆਂ ਦੇ ਤਾਂ ਹੋਣਾ ਹੀ ਸੀ। ਇਉਂ ਕਰਕੇ ਹੋਰ ਜਿਤਨੇ ਰਿਸ਼ੀ ਮੁਨੀ ਅਗਸਤ ਆਦਿ ਸਭ ਦੇ ਵਿਸ਼ਿਸ਼ਟ ਆਦਿ ਸਭ ਦੇ ਕੇਸ਼ ਦਾੜੇ ਹਨ। ਇਉਂ ਕਹਿਣ ਲੱਗੀ ਆ ਤੇਰਾ ਕੇਸੀ ਇਸ਼ਨਾਨ ਕਰਵਾ ਦਿਆਂ। ਕੇਸੀ ਇਸ਼ਨਾਨ ਕਰਵਾਇਆ, ਉਸ ਤੋਂ ਬਾਅਦ ਲਿਆ ਤੇਰੇ ਕੇਸ ਫਰੋਲ ਦਿਆਂ। ਕੇਸ ਫਰੋਲਣ ਲੱਗੀ, ਜਾਣ ਕੇ ਕੇਸ ਸਾਨੂੰ ਖਿੱਚਦੀ ਹੈ। ਕੇਸ ਖਿੱਚਿਆ, ਪੀੜਾ ਤਾਂ ਹੋਣੀ ਸੀ। ਪੀੜਾ ਹੋਣ ਕਰਕੇ ਸੀ ਕਹਿੰਦਾ ਹੈ। ਕਹਿਣਗੇ ਕਿਉਂ ਕੀ ਗੱਲ। ਕਹਿਣ ਲੱਗਾ ਮਾਤਾ ਕੇਸ ਖਿੱਚਿਆ ਦੁੱਖ ਹੁੰਦਾ ਹੈ, ਪੀੜ ਹੁੰਦੀ ਹੈ। ਕਹਿਣਗੇ ਤੇਰੇ ਸਰੀਰ ਨੂੰ ਕੇਸ ਖਿੱਚਿਆ ਪੀੜ ਹੁੰਦੀ ਹੈ, ਜਦੋਂ ਤੂੰ ਦਰਖਤਾਂ ਦੇ ਪੱਤੇ ਸੂਦਦਾ ਸੀ ਉਹਨਾਂ ਨੂੰ ਪੀੜ ਨਹੀਂ ਸੀ ਹੁੰਦੀ, ਜਾਂ ਤੇਰੀ ਤਪੱਸਿਆ ਜੇ ਕਿਸੇ ਕੰਮ ਨਹੀਂ। ਅਜੇ ਉਹ ਦਿੱਲੀ ਦੂਰ ਹੈ ਜਿੱਥੇ ਤੈਂ ਪਹੁੰਚਣਾ ਹੈ। ਫਰੀਦ ਫਿਰ ਚਲਾ ਜਾਂਦਾ ਹੈ, ਫਿਰ ਜਾ ਕੇ ਤਪ ਆਰੰਭ ਦਿੱਤਾ। ਫਿਰ ਉਸਨੇ ਇੱਕ ਕਾਠ ਦੀ ਰੋਟੀ ਬਣਾ ਲਈ, ਜੋ ਕੁਛ ਮਿਲ ਜਾਣਾ ਉਸ 'ਤੇ ਸੰਤੋਖ ਕਰਨਾ, ਅਗਰ ਨਾ ਮਿਲਣਾ ਕਾਠ ਦੀ ਰੋਟੀ ਰੱਖੀ ਹੋਈ ਸੀ। ਉਸਦੀ ਬਾਬਤ ਇਹੋ ਜਿਹੇ ਸਲੋਕ ਬਾਣੀ ਵਿੱਚ ਆਉਂਦੇ ਹਨ। ਖਰੀਦਾ ਰੋਟੀ ਮੇਰੀ ਕਾਠ ਦੀ, 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 ਰੋਟੀ ਮੇਰੀ ਕਾਠ ਦੀ। ਰੋਟੀ ਮੇਰੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ। ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ ਜੀ। ਸੰਤੋਖ ਵੱਲ ਇਸ਼ਾਰਾ ਹੈ, ਜੋ ਕੁਛ ਮਿਲ ਗਿਆ ਉਸ 'ਤੇ ਸੰਤੁਸ਼ਟ ਰਹਿ, ਹੋਰਨਾਂ ਵੱਲ ਮਤ ਦੇਖ। ਅਗਰ ਇਉਂ ਕਰੇਗਾ ਤੇਰਾ ਮਨ ਸੁਖੀ ਸ਼ਾਂਤ ਠੰਡਾ ਰਹੇਗਾ। ਸਵਯੋਂ ਇਹੋ ਜਿਹੀ ਅਵਸਥਾ ਫਰੀਦ ਦੀ ਕਈ ਸਾਲ, ਤਕਰੀਬਨ 12 ਸਾਲ ਇਉਂ ਗੁਜ਼ਾਰੇ। ਉਸ ਤੋਂ ਬਾਅਦ ਫਿਰ ਮਾਤਾ ਨੂੰ ਮਿਲਣ ਗਿਆ,
माता ने कहा फरीदा जो दिल्ली दूर है जिथे तक पहुँचना। फिर आके तपस्या आरंभ कर दिती कि इहो जे शरीर की हालत हो गई, सुके कंडा हो गया, खूह दे विच भी बड़ी देर तक लटकता रहा है, पैरां नूं संगल बन के खूह विच लटकता रहा। पर यह कायदा है जिहड़ी चीज़ जिहड़ा सवाल जिस असूल के मुताबिक जिस फार्मूले द्वारा हल होना है उवें ही होना है। बेकैदगी नाल भावें सारी जिंदगी खपी जाओ, इसी तरह प्रभु प्राप्ति जिन्हां असूलों के मुताबिक होनी है उन्होंने मुताबिक ही होनी है। गैर असूली नाल प्रभु प्राप्ति नहीं हुंदी, भावें कितना खपी जावे, हटकर मरे ना लेखे पावे। इउं फरीद की हालत इहो जी हो गई, मुरदे दे तुल हो गए, हड्डियां का ढांचा बन गया। आके कां उसनू ठुंगा मार के देखते मरिया कि जिंदा है। कां का सुभाव है कोई जानवर होवे कोई आदमी, यही जी दिशा विच उहनू परखण दे वास्ते पहले हौली हौली पैरां ते ठुंगा मारेगा, फिर वह अख वल जाके अख ते ठुंग मार के देखेगा जिंदा कि मरिया, फिर उसनू खाण लगेगा अगर मरिया होवे तां। यूं पहलां तलियां ते ठुंगा मारियां, हौली हौली शरीर ते छलंगा मारदा मारदा अख वल नूं जांदा, अख ते ठुंग मारन दी कोशिश कीती। उस मौके फरीद दे इह जे श्लोक उस प्रथाए आउंदे हन। कागा ए दो नैन मत छेड़े, I'm
ਸਮੇਂ ਦੇ ਇਹੋ ਜਿਹੇ ਸਲੋਕ ਆਉਂਦੇ ਹਨ। ਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਠੂੰਗੇ ਕਾਗ ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਦੇ ਭਾਗ। ਕਾਗਾ ਕਰਗਟ ਢੋਲਿਆ ਸ਼ਗਲਾ ਖਾਇਆ ਮਾਸ ਇਹ ਦੋ ਨੈਨਾ ਮਤ ਛੋ ਫਿਰ ਦੇਖਣ ਕੀ ਆਸ। ਕਾਗਾ ਚੂੰਡਣਾ ਪਿੰਜਰਾ ਵਸੇ ਤਾਂ ਉੱਡਰ ਜਾਹੇ ਜਿਸ ਪਿੰਜਰੇ ਮੇਰਾ ਸ਼ੌ ਵਸੇ ਮਾਸ ਨਾ ਤਿੱਦੋਂ ਖਾਏ। ਇਉਂ ਉਸ ਅਵਸਥਾ ਦੇ ਵਿੱਚ ਇਹੋ ਜਿਹੇ ਸਲੋਕ ਉਚਾਰਨ ਕੀਤੇ ਹਨ। ਆਸ ਕਾਗਾ ਮੈਨੂੰ ਪਿਆ ਦੇ ਮਿਲਣ ਦੀ ਆਸ ਕਾਗਾ ਮੈਨੂੰ ਪਿਆ ਦੇ ਮਿਲਣ ਦੀ ਉਸ ਵਕਤ ਦੇ ਇਹੋ ਜਿਹੇ ਸਲੋਕ ਪ੍ਰੇਮ ਵੈਰਾਗ ਦਿਸ਼ਾ ਦੇ ਮਿਲਦੇ ਹਨ। ਇਹ ਜੀ ਅਵਸਥਾ ਦੇ ਪ੍ਰਭੂ ਦੇ ਪਿਆਰੇ ਜਿਵੇਂ ਆਮ ਦੁਨੀਆ ਦੇ ਵਿੱਚ ਇਹ ਦੇਖਣ 'ਚ ਆਉਂਦਾ ਖਾਸ ਕਰ ਆਪਣੇ ਭਾਰਤ ਵਰਸ਼ ਵਿੱਚ ਜੇ ਕਿਸੇ ਲੜਕੀ ਦਾ ਭਰਾ ਬਾਹਰ ਕਿਸੇ ਪ੍ਰਦੇਸ਼ ਨੂੰ ਗਿਆ ਹੋਵੇ ਜਾਂ ਉਸਦਾ ਪਤੀ ਦੇ ਵਿਆਹ ਕੋਈ ਹੋਰ ਸੰਬੰਧੀ ਲੜਕੀਆਂ ਕਾਂ 'ਤੇ ਕਾਂ ਬੈਠੇ ਹੁਣ ਮਨੇਰੇ 'ਤੇ ਉਹਨਾਂ ਨੂੰ ਉਡਾਉਂਦੀਆਂ ਐਂ ਕਹਿੰਦੀਆਂ ਦਿਨ ਕਾਵਾਂ ਉੱਡ ਜਾ ਜੇਕਰ ਮੇਰਾ ਭਰਾ ਆਉਂਦਾ ਹੈ ਇਤਿਹਾਸ। ਇਸੇ ਤਰ੍ਹਾਂ ਇੱਧਰ ਵੀ ਪ੍ਰਭੂ ਦੇ ਪਿਆਰੇ ਇਸੀ ਅਵਸਥਾ ਨੂੰ ਲੈ ਕੇ ਪ੍ਰੇਮ ਦੀ ਅਵਸਥਾ ਦੇ ਵਿੱਚ ਆ ਕੇ ਇਉਂ ਕਾਵਾਂ ਨੂੰ ਉਡਾਉਂਦੇ ਦੇਖੇ ਗਏ। ਮੈਨੂੰ ਮਿਲ ਜਾਵੇ ਰਾਮ ਪਿਆਰਾ ਉੜ ਜਾ ਕਾਗਾ ਕਾਲੇ।
प्रेम की दिशा दे विच पंथ निहारे कामनी लोचन भरी लियो सासा उरना भिजै पग न खिसै हर दर्शन की आशा उड़ो न कागा कारे बेग मिलीजै अपने राम प्यारे कहत कबीर जीवन पद कारण हर की भगत करीजै एक आधार नाम नारायण रसना राम रवि जै। यूँ वो भी प्रभु दे प्रेम विच लुटबोरे हुए इहो जे अवस्था विच अखां प्रेम दे पानी नाल छलकदियां कलेजा उछल उछल दिमाग नूं चढ़दा रोमांच अवस्था दे विच इह जे शब्द उच्चारण करदे देखे जांदे हन। मैनु मिल जावे राम प्यारा ऊर्जा ऊर्जा काका काले मिल जावे राम प्यारा ऊर्जा ऊर्जा काका काले है। यूं भी उन्होंने अगे तरले बेनतियां प्रार्थना करते देखे गए हैं। तुसी कहो सुहागण सहीओ जिन्हां ने मेरा देखा है राम प्यारा I'm gonna make you mine।
सुंदेसरो कहियो फिर कहियो विषम भई मैं बाविद सुनते तुसी कहो सुहागन सही हो को कह तो सब बाहर बाहर को कह तो सब मैयो बर न दिसे चैन न लखिए सुहागन साथ मजाइयो यों प्रभु दे प्यारे अगे प्रार्थना तरले बेनतियां करते देखे। इसी तरह फरीद की अवस्था 36 साल कठिन तपस्या की थी पर अजे तक उसनों कोई रब दे मिलन दा थौ नहीं मिला क्योंकि जितनी देर तक किसी थान जान दा रस्ता सही सही ना मिले उत्थे किवें पहुँचा जा सकता है। किसी जंगल दे विच बहुत सारियां पगडंडियां होण किसी मंजिले मकसूद ते पहुँचने वास्ते कोई वड्डी सड़क ना दी होवे उन्हां पगडंडियां विच रुलना ही पैंदा अजाण पुरश रस्ता सही मिल जाए आसानी ते आराम नाल पहुँच जाता है। फरीद ने भावें 36 साल कठिन तपस्या जरूर की पर अजे बेपीरा सी निगुरा सी निगुरे पुरुष नूं तां कदे भी रब दा मिलाप हुंदा ही नहीं बल्कि निगुरे पुरुष दा तां ना ही बुरा दस्या सतरूपा ज्यों गुर नहीं कोई निगुरे का है ना बुरा उंदा तां ना बुरा जिथे निगुरा पुरुष बहिंदा है सवा गज धरती नूं अशुद्ध कर दिंदा होर तां की कहना। एक दफा देवतें दी सभा लगी जिन्हां विच नारद भी है जदों सभा ला के बर्खास्त हो गई दूसरा दिन है जिथे सभा लगी सी उत्थे मजदूर काम कर रहे हैं। एक थान तो मिट्टी पट के सभा गई डूंगी नवी मिट्टी भर रहे हैं नारद फिरदा फिरदा कुदरती उत्थे आ गया पूछन लगा कल तो इत्थे देवतें दी सभा लगी सी ये तुसी की कुछ कर रहे हो मजदूर कहिंदे जी हाँ सभा लगी सी कल ये तुसी की कर दे हो कहिंदा कहिंदे एक कोई नारद नारद है कोई नहीं सी पता भी नारद है कहिंदे नारद है एक ब्रह्मा दा पुत्र पर है नगुरा अजे जिथे नगुरा पुरश बैठा हुंदा है उत्थे सभा जी धरती अशुद्ध हो जाती है जिथे सभा लगती है असी उत्थों सवा गज मिट्टी पट के बाहर सुटते हैं नवी मिट्टी उत्थे भरते हैं। इत्थे कल नारद बैठा सी इस करके ये मिट्टी पट के और नवी मिट्टी भरनी है
ਇਹ ਸੁਣ ਕੇ ਨਾਰਦ ਨੂੰ ਬੜਾ ਦੁੱਖ ਹੋਇਆ, ਕਿਉਂਕਿ ਆਪਣੀ ਤੌਹੀਨ ਕੋਈ ਵੀ ਪਸੰਦ ਨਹੀਂ ਕਰਦਾ। ਦੌੜਿਆ ਦੌੜਿਆ ਆਪਣੇ ਪਿਤਾ ਬ੍ਰਹਮਾ ਪਾਸ ਪਹੁੰਚਿਆ, ਆ ਕੇ ਕਹਿਣਗਾ ਮਹਾਰਾਜ ਸਭਾ ਦੇ ਵਿੱਚ ਮੇਰੀ ਇਹ ਜਿਹੀ ਨਰਾਦਰੀ ਕਿਉਂ? ਬ੍ਰਹਮਾ ਜੀ ਕਹਿਣੇ ਕੀ ਹੋ ਗਿਆ? ਕਹਿਣਗੇ ਜਿੱਥੇ ਮੈਂ ਬੈਠਾ ਸੀ ਕਹਿੰਦੇ ਨੇ ਇਹ ਨਗੂਰਾ ਹੈ, ਸਵਾ ਗਜ ਮਿੱਟੀ ਨੂੰ ਅਸ਼ੁੱਧ ਕਰ ਦਿੰਦਾ, ਇੱਥੋਂ ਪੱਟ ਕੇ ਨਵੀਂ ਮਿੱਟੀ ਭਰਦੇ ਹਾਂ, ਜਿੱਥੇ ਸਵਾ ਲੱਗਦੀ ਉੱਥੇ ਅਸੀਂ ਐਵੇਂ ਕਰਦੇ ਹਾਂ। ਇਹ ਸੁਣ ਕੇ ਬ੍ਰਹਮਾ ਜੀ ਕਹਿਣਗੇ ਵੀ ਠੀਕ ਗੱਲ ਹੈ, ਜੋ ਕੁਛ ਉਹਨਾਂ ਨੇ ਕਿਹਾ ਦਰੁਸਤ ਕਿਹਾ। ਨਾਰਦ ਕਹਿੰਦਾ ਮੈਂ ਤੁਹਾਡਾ ਪੁੱਤਰ ਹਾਂ, ਮੈਨੂੰ ਵੀ ਕੋਈ ਗੁਰੂ ਦੀ ਲੋੜ ਰਹੇਗੀ। ਕਹਿਣਗੇ ਭਾਵੇਂ ਤੂੰ ਖੁਦਾ ਦਾ ਪੁੱਤਰ ਹੋਵੇਂ, ਇਹ ਮਰਿਆਦਾ ਤਾਂ ਸਭ ਨੂੰ ਹੀ ਪੂਰੀ ਕਰਨੀ ਪਏਗੀ। ਪ੍ਰਾਚੀਨ ਅਵਤਾਰ ਗਏ ਉਹਨਾਂ ਨੂੰ ਵੀ ਇਹ ਮਰਿਆਦਾ ਪੂਰੀ ਕਰਨੀ ਪਈ। ਨਗੂਰੇ ਦਾ ਤਾਂ ਨਾਂ ਹੀ ਹਜੇ ਨਗੂਰਾ, ਸਵਾਗਤ ਧਰਤੀ ਨੂੰ ਅਸ਼ੁੱਧ ਕਰਦਾ ਜਿੱਥੇ ਜਾਂਦਾ। ਇਸ ਕਰਕੇ ਗੁਰੂ ਤੋਂ ਬਿਨਾਂ ਤਾਂ ਕਿਸੇ ਦੀ ਵੀ ਗਤ ਨਹੀਂ ਹੈ। ਅਗਰ ਇਸ ਦੂਸ਼ਣ ਤੋਂ ਡਰਦਾ ਹੈ ਤਾਂ ਗੁਰਮੁਖ ਬਣ ਜਾ। ਸਿਉਂ ਸਾਧ ਸੰਗਤ ਨਗੂਰੇ ਦੀ ਗਤੀ ਇਹੋ ਜਿਹੀ ਦੱਸੀ ਹੈ। ਅਜੇ ਤੱਕ ਇਹ ਫਰੀਦ ਬੇਪੀਰਾ ਸੀ, ਬੇਮੁਰਸ਼ਦਾ ਸੀ, ਨਿਗੁਰਾ ਸੀ। ਨਿਗੁਰੇ ਪੁਰਸ਼ ਨੂੰ ਰੱਬ ਦਾ ਮਿਲਾਪ ਨਹੀਂ, ਤਦੇ 36 ਸਾਲ ਲੱਗੇ। ਇੰਨੀਆਂ ਕਠਿਨ ਤਪੱਸਿਆਵਾਂ ਕੀਤੀਆਂ ਜੋ ਕਥਨ ਤੋਂ ਬਾਹਰ ਹਨ, ਪਰ ਰੰਚਕ ਮਾਤਰ ਵੀ ਸੁੱਖ ਸ਼ਾਂਤੀ ਦਾ ਉਸਨੂੰ ਕਦੇ ਝਲਕਾ ਨਹੀਂ ਵਜਿਆ। ਇਉਂ ਕਿਸੇ ਨੇ ਫਿਰ ਦੱਸਿਆ, ਕਹਿਣਗੇ ਫਰੀਦ ਇਉਂ ਰੱਬ ਨੇ ਮਿਲਣਾ ਜਿਵੇਂ ਤੂੰ ਕਰਦਾ। ਇਹ ਤਾਂ ਜਿਹੜੀ ਗੱਲ ਹੈ ਇਹ ਨਿਯਮਬੱਧ ਜਿਹੜੀ ਹੁੰਦੀ ਹੈ ਉਸੇ ਨਿਯਮ ਦੇ ਅਨੁਸਾਰ ਹੁੰਦੀ ਹੈ। ਇਹ ਨਿਯਮ ਹੈ, ਈਸ਼ਰੀ ਕਾਨੂੰਨ ਹੈ। ਗੁਰੂ ਤੋਂ ਬਿਨਾਂ, ਮੁਰਸ਼ਿਦ ਤੋਂ ਬਿਨਾਂ ਰੱਬ ਦਾ ਮਿਲਾਪ ਨਹੀਂ ਹੁੰਦਾ। ਕੋਈ ਮੁਰਸ਼ਿਦ ਦੇ ਕਾਮਲ ਢੂੰਡ। ਉਸ ਦਿਨ ਤੋਂ ਫਰੀਦ ਨੂੰ ਲੱਗਣ ਲੱਗੀ, ਪਹੁੰਚਿਆ ਫਾਜੇ ਦੀ ਅਜਮੇਰ। ਇੱਕ ਅਰਥ ਲੋਕ ਸਨ ਤੱਤਵੇ ਅਤੇ ਬ੍ਰਹਮ ਗਿਆਨੀ, ਉਹਨਾਂ ਦੀ ਸ਼ਰਨ ਪਹੁੰਚਿਆ, ਆਪਣੀ ਉਤਕੰਠਾ ਜ਼ਾਹਰ ਕੀਤੀ, ਆਪਣਾ ਸ਼ੌਕ ਜ਼ਾਹਰ ਕੀਤਾ ਵੀ ਮੈਨੂੰ ਇਤਨੇ ਸਾਲ ਹੋ ਗਏ ਕਠਿਨ ਤਪ ਕਰਦਿਆਂ, ਮੇਰੀ ਮਾਤਾ ਨੇ ਇਸ ਪਾਸੇ ਲਗਾ ਜ਼ਰੂਰ ਦਿੱਤਾ, ਪਰ ਅਜੇ ਤੱਕ ਮੈਨੂੰ ਮੁਰਸ਼ਿਦ ਦੇ ਕਾਮਲ ਦੀ ਪ੍ਰਾਪਤੀ ਨਹੀਂ ਹੋਈ ਹੈ, ਜਿਸ ਕਰਕੇ ਮੈਨੂੰ ਕੁਛ ਵੀ ਭਗਤੀ ਦਾ ਰਸ ਨਹੀਂ ਪ੍ਰਾਪਤ ਹੋਇਆ। ਸੋ ਉਹਨਾਂ ਕਿਹਾ ਗੱਲ ਦਰੁਸਤ ਹੈ, ਬਿਨਾਂ ਪੀਰ ਤੋਂ, ਗੁਰੂ ਤੋਂ, ਮੁਰਸ਼ਿਦ ਤੋਂ ਬਿਨਾਂ ਖੁਦਾ ਦਾ ਮਿਲਾਪ ਨਹੀਂ ਹੁੰਦਾ ਹੈ। ਫਿਰ ਕਹਿਣ ਫਰੀਦ ਉਹਨਾਂ ਨੂੰ ਕਹਿਣਾ ਕਿਰਪਾ ਕਰੋ। ਕਹਿਣਗੇ ਹਾਂ, ਕਿਰਪਾ ਹੁੰਦੀ ਹੈ ਜਿੱਥੋਂ ਕੋਈ ਗੁਣ ਹਾਸਲ ਕਰਨਾ ਹੋਵੇ ਉਸ ਪੁਰਸ਼ ਦੀ ਸੇਵਾ ਕਰਕੇ ਫਿਰ ਜਾ ਕੇ ਗੁਣ ਦੀ ਪ੍ਰਾਪਤੀ ਹੁੰਦੀ। ਬੜੇ ਬੜੇ ਕਠਿਨ ਸੇਵਾਵਾਂ ਕੀਤੀਆਂ ਇਸ ਦੀ ਪ੍ਰਾਪਤੀ ਵਾਸਤੇ ਅਧਿਕਾਰੀ ਜਨਾਂ ਨੇ। ਸਵਯੋਂ ਫਰੀਦ ਨੇ ਉਸਨੂੰ ਮੁਰਸ਼ਿਦ ਥਾਪਿਆ। ਉਹਨਾਂ ਨੇ ਪਹਿਲੇ ਦਿਨ ਪ੍ਰਭੂ ਦੇ ਮਿਲਣ ਦਾ ਸਹੀ ਸਹੀ ਰਸਤਾ ਦੱਸਿਆ। ਪਹਿਲੇ ਦਿਨ ਹੀ ਉਹ ਸ਼ਾਂਤ ਨਸੀਬ ਹੋਈ ਜਿਹੜੀ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਨਹੀਂ ਸੀ ਹੋਈ। ਇਉਂ ਦੱਸਿਆ ਵੀ 100 ਸਾਲ ਦੀ ਬੇਪੀਰੇ ਪੁਰਸ਼ ਦੀ ਰਿਆਸਤ ਦੇ ਨਾਲੋਂ, ਬੰਦਗੀ ਦੇ ਨਾਲੋਂ ਇੱਕ ਘੜੀ ਦੀ ਮਹਾਂਪੁਰਖ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਉਂ ਫਰੀਦ ਉਹਨਾਂ ਦੀ ਸੰਗਤ ਅਖਤਿਆਰ ਕਰਕੇ ਸੇਵਾ ਔਰ ਭਜਨ ਦੋ ਗੱਲਾਂ ਕਰਨ ਲੱਗ ਪਿਆ। ਸੇਵਾ ਉਹਦੇ ਸਰੀਰ ਦੀ ਸੀ ਜਿਹੜੀ ਜਿੰਨੀ ਵੀ ਸੀ, ਔਰ ਬਾਕੀ ਸਿਮਰਨ ਅਭਿਆਸ। ਤਪੱਸਿਆ ਤਾਂ ਪਹਿਲਾਂ ਕੀਤੀ ਹੀ ਸੀ, ਕਾਫੀ ਸ਼ੁੱਧ ਸੀ ਮਨ, ਲਗਨ ਵੀ ਸੀ, ਥੋੜ੍ਹੇ ਜਿਹੇ ਇਸ਼ਾਰੇ ਦੀ ਲੋੜ ਸੀ। ਹਾਂ, ਇਸ ਕਰਕੇ ਜਲਦੀ ਹੀ ਰੰਗਣ ਚੜ੍ਹ ਗਈ। ਇਉਂ 12 ਸਾਲ ਉੱਥੇ ਸੇਵਾ ਦੇ ਵਿੱਚ ਲਗਾਏ। 12 ਸਾਲ ਦੀ ਸੇਵਾ ਤੋਂ ਬਾਅਦ ਫਿਰ ਕਰੜੀ ਕਸਵੱਟੀ ਲੱਗੀ। ਸਕੂਲਾਂ ਕਾਲਜਾਂ ਦੇ ਵਿੱਚ ਬੱਚੇ ਪੜ੍ਹਦੇ ਹਨ, ਉਹਨਾਂ ਦੇ ਇਮਤਿਹਾਨ ਹੁੰਦੇ ਹਨ। ਤੀਸਰੇ ਮਹੀਨੇ 6ਵੇਂ ਨਵੇਂ ਔਰ ਐਨੁਅਲ ਐਗਜ਼ਾਮੀਨੇਸ਼ਨ ਸਾਲ ਪਿੱਛੋਂ ਹੁੰਦਾ ਹੈ। ਉਸ ਤੋਂ ਬਾਅਦ ਫਿਰ ਅਗਲੀ ਕਲਾਸ ਦੇ ਵਿੱਚ ਜਿਹੜੇ ਪਾਸ ਹੁੰਦੇ ਨੇ
वो अधिकार रखते हैं। स्वयं इसी तरह इधर भी सतपुरुष भी रूहानी बुजुर्ग भी अपने शिष्यां दे इम्तिहान गाहे बगाहे लेंदे ही चले आए, ताकि मंजले शरीयत तो तरीकत भी तरीकत तो मार्फत तो मंजले हक विच स्थित कर देन, जिथों फिर अगे कोई अवस्था नहीं है। यूँ फरीद दा मन शुद्ध हुंदा चला गया, सेवा मन नूं शुद्ध करदी है और भजन मन नूं एकागर करता है। एकागर और शुद्ध मन दे विच ही आत्मग्यान की प्राप्ति होंगी है, जिमें सीधे साफ ठीक है शीशे विच चेहरा जिवें दिस पैंदा है। चेहरे विच फर्क नहीं, लेकिन शीशे विच फर्क है। किसी पुरश नूं भरम पै गया भी मेरा चेहरा काला है, उन्हों भरम दूर करने वास्ते की उपा करना पेगा, यही उपा करना पैना शीशे विच देखने चेहरा। सो शीशा जेकर पुठे शीशे विच देखी जाए किवें चेहरा दिसूगा, अगर पुठा भी नहीं है सीधा शीशा बिल्कुल मैला है अंधला है फिर भी चेहरा नहीं दिसेगा। अगर शीशा कुछ साफ भी है चेहरे सामने नहीं इधर उधर है फिर भी चेहरा नहीं दिसेगा। इसी तरह परमात्मा सबनों हाजर हाजरा हजूर है कि जाहरा जहूर है, कदे भी दूर नहीं, हत्थां पैरां नालों भी नेड़े है कह रविदास हाथ पै नेरे, पर उसके देखण वास्ते मन रूपी दर्पण की लोड़ है। साडा मन रूपी शीशा पहले तो पुठा हो चुका है, कुछ संगत दे जेरे असर बुराइयां विच लगन करके ये मन रूपी शीशे दे विच हमेशा ही परागंदा ख्याल उठ ही जाते, क्योंकि जिह जे कम्मां विच लगदा हो जी ख्याल उठाया करते हैं। सो इस करके ये मन रूपी शीशा अत्यंत मैला है। जदों फिर इसनों वड्डे भागां करके मानक दे मिलगी तो बाद सत्संग नसीब होवे फिर ये शीशा कुछ शुद्ध होण लगता है। इहदे विच नास्तिक भावना भी आई हुई है कि रब है नहीं, कई दिलों में यह गल बैठी है नहीं, वो एम देखना चाहते जिम्मे माइक्रोफोन पे नहीं, परमात्मा दे देखने वाली अख होर है जो हौली हौली भजन करके तैयार होंगी है। से अखड़ियाँ बिहन जिन्हों की संतो मापिरी स्वयं पहले तो नास्तिक भावना आई हुई है रब है ही नहीं। जदों सत्संग करन लगता सतपुरशां दी ध्यान दे के श्रद्धा नाल वचन सुनता है फिर उसनू कुछ कुछ पता लगता समझदा भी है तो सही, पर मेरा मन मैला जिस करके मैनू जो अंदर वस्तु वो भी नहीं दिंदी है। फिर सतपुरशां दे पास अपनी उत्कंठा जाहर करता है कृपा करो मैनू उपा दसो, वो फिर इसनू बुराइयां तो रोके साडे गुरु घर दे विच असूल अमृत पान करवा के कुरहता तो बचण दी रहता ते पक्का रहण दी ताकीद करदे है। इउं इस दे नाल मन रूपी शीशा शुद्ध होण लगता है, क्योंकि बुराइयां मन नूं मैला करदियां उधर बना लग जांदा है। सो इउं फिर नितनेम करना शुरू करदा थोड़ा थोड़ा, सेवा करदा है सत्संग करदा है, इहदी जिंदगी दा राह इत्थों पलटदा है पलटा खांदा है। फिर इसनों ज़्यादा बाणी का व्यास करन दा शौक वधदा है, हौली हौली सतपुरशां द्वारा इस नाम अभ्यास दीआं जुगतियां हासिल होंदीआं शौक वाले बंदिआं नूं, भावें सुणदे सभी हन इशारे सतपुरश सत्संग विच करी जांदे हन, पर इहनां नूं समझदा कोई कोई है। जिहड़ा शौक वाला बंदा है लगन रखदा है उह पुछदा है, पुछ के उहनां दे दस्से अनुसार दसिया हदायतों के मुताबिक अभ्यास करता है, फिर उसका मन एकागर स्थित बाहरों हट के अंदर आने लगता है। जो ही मन शुद्ध तो एकागर होंगे बुरे ख्याल उठन हट जाते हैं, मन टिकन लग जाता भजन के विच, फिर तीजा दोष जोड़ा है जिसमें अवरण कहते हैं उन्होंने दूर होने वास्ते देर नहीं लगती। शीशा सीधा होवे साफ होवे और चेहरे के सन्मुख टिकया हो चेहरा दिसने कि देर लगती है, चेहरा तो ज्यों के त्यों ही है उस फर्क नहीं,
परमात्मा एक राशा उहदे विच फर्क नहीं पैंदा। भजन करन करके ये मतलब नहीं परमात्मा दे विच कोई फर्क पैंदा है, नहीं। असीं अपने मन नूं शुद्ध साफ ते एकागर करना है, सो इसका यह भाव है। जदों ऐसा होएगा वस्तु अंदर है अंतर वस्तु मूढ़ा बाहर भाले मनमुख अंध फिरे बेताले। परमात्मा रूपी वस्तु अंदर है लेकिन कई भुल करके जिवें फरीद पहला ढूंढता रहा बाहर इं बाहर ढूंढते हैं इं तो लभदी नहीं ना होंदी है। इं फरीद ने हुण सेवा ते अभ्यास भजन करना शुरू कर दिता। इधर बाबा अमरदास जी गुरु अंगद देव महाराज की शरण में आ के गुरदीख्या प्राप्त करके अमृतपान करके आप जी भी सेवा दे वास्ते और भजन वास्ते कमर कसा कर लेंदे हन। हुण सत्संग समय की पाबंदी इहनू भी देखो, हुण रोज़ दे सुभाव दे मुताबक पहले आनंद साहब विच बोलो संगत, बाद विच गुरु स्तोत्र विच बोलना, फिर अरदास विच जुड़ना, फिर हुक्मनामा सुन के प्रसाद लेके अगला प्रोग्राम सुन के फिर चाले आने की खेचल करनी। ये जो प्रसंग अपना चल रहा है ये 22 नंबर चल रहा है, जो रोज़ आते हैं उन्होंने अच्छी तरह समझ पाएगा। हाँ, कई गल्लां छेती छेती सुना दिती जाती दो चार दस भी मिनट अद्धे घंटे, कई बचन यह जो होंगे ना हौली 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 22 नंबर चलते वो विशेष लाभदायक होंगे। उन्होंने ज़्यादा लाभ देंगे जो रोज़ाना सुनते हैं उन्होंने अच्छी तरह समझ पैंदी होंगी है। इस करके ही रोज़ाना सत्संग करना बहुत ही लाभदायक होया करता है। राम क्लीम हला तीजा नंद ओंकार सतगुर प्रसाद आनंद पिया सुन मेरी Thank you.
We'll be right back.